इंतजार भाई की मसला सी तुहाडे बेटे नूं सुनिया कोई फराडिया पै गया था सी। यार गल इस तरह का स्कूलों आया छुट्टी ते मैं दुकान ते बालिया रेहड़ी ते आप घर आ गया। अच्छा घर आ गए जो तो मैं वापसी गया तो मुड़ा कहंदा कि बाबा पापा एक फराडिया टक्कर गया मैंने। मैं की होया कहंदा इस तरह का होली आई दाड़ी रखी थी उन्हें पड़का ले दिया मोड़े दे बास्कट पाई दी सी अच्छा ते मैंने गल बात सुना के 600 रुपया ठग के लै गया। अच्छा तेरे वड्डियां नूं सवाब होएगा तेरी दादी दादे नूं सवाब होएगा अच्छा ते वो गल्लां बातां जा गया मुड़ा रे। हाँ मैं बथेरा लागे छागे पूछया ते मैनूं नजर नहीं आया कदे। अच्छा मैं पुछदा पछांदा कैमरे कुमरे च वेख्या और होलिया मैं वेख्या उदो होलिया वेख्या ते हस्पताल मोड़ तक मैं गया ते उत्थे पता की कीता ते बंदिया ने दस्सिया कि वो इत्थे आया सी निकल गया। अच्छा निकल गया मैं उत्थे नंबर बंदे नूं दे आया मैं यार ए बंदा जदों भी तुहाडी नजर च आया ते मैनूं कॉल करनी है। ठीक है वो कुछ अरसे तो बाद 10-12 दिनों के बाद दोबारा उत्थे हस्पताल बंदे एक दी नजर पई उत्थे अच्छा उन्हें मैनूं कॉल की कि बंदा जिहड़ा मौलवी साहब ही वो रक्षे ते बैठा तेरे वल नूं आ रहा नैने कोट नूं। अच्छा ਉਹ ਜੂਹੀ ਉੱਥੇ ਨਿਆਣੇ ਕੋਲ ਦਾਖਲ ਹੋਇਆ ਮੇਰਾ ਧਿਆਨ ਪੈ ਗਿਆ ਮੈਂ ਰਕਸ਼ੇ ਦੇ ਪਿੱਛੇ ਬੈਠਾ ਦਾ ਸੀ ਅੱਛਾ ਉਹ ਰਕਸ਼ੇ ਜੂਹੀ ਉਤਰਿਆ ਮੈਂ ਵੀ ਮਗਰ ਮਗਰ ਉਹਦੇ ਤੁਰ ਪਿਆ। ਠੀਕ ਹੈ ਆਵਾਂ ਤੁਰੇ ਆਵਾਂ ਤੁਰਦੇ ਮੈਂ ਵੀ ਅੱਛਾ ਆਵਾਂ ਤੁਰ ਲਾ ਭਾਈ ਤੁਰਦਾ ਤੁਰਦਾ ਇੱਥੇ ਆ ਗਿਆ ਜੀ ਅੱਛਾ ਇਸ ਮਹਿਲ ਪਕੌੜਿਆਂ ਦੀ ਦੁਕਾਨ ਤੇ ਅੱਛਾ ਮੈਂ ਇੱਥੇ ਖਿਲਾਰ ਲਿਆ ਇਹਨੂੰ ਮੈਂ ਮੁੱਲਾ ਮਾ ਸਾਹਿਬ ਸਲਾਮ ਅਲੈਕਮ ਜੀ ਅੱਛਾ ਕਹਿੰਦਾ ਜੀ ਵਾਲੇਕਮ ਸਲਾਮ ਉਹਨੇ ਮੇਰੇ ਹੱਥ ਚੁੰਮਣੇ ਸ਼ੁਰੂ ਕਰ ਦਿੱਤੇ ਕਹਿੰਦਾ ਖੈਰ ਹੋਵੇ ਮੈਂ ਬੈਠੋ ਕੋਈ ਚਾਹ ਪਾਣੀ ਪੀਓ ਜੀ ਕਹਿੰਦਾ ਜੀ ਉਹਨੂੰ ਕੋਈ ਸ਼ੱਕ ਪੈ ਗਿਆ ਕਹਿੰਦਾ ਮੈਂ ਆ ਕੇ ਸੋਨਾ ਹੱਥ ਛਡਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਮੈਂ ਬੋਲ ਬਿਆ ਤੇ ਅੱਛਾ ਹੈ ਉਹਨੂੰ ਫੜ ਕੇ ਬਾਲਿਆ ਉਹਨੂੰ ਹਾਂ ਕਹਿੰਦਾ ਕੀ ਹੋਇਆ ਮੈਂ ਅਸਰਾ ਅਸਰਾ ਗੱਲ ਆ ਕਿ ਬੱਚੇ ਕੋ ਤੋਂ ਪਿਛਲੇ ਹਫਤੇ ਹਾਂ ਗੱਲ ਬਾਤ ਸੁਣਾ ਕੇ ਸਵਾਬ ਸੂਬ ਦੇ ਮਦਰਸੇ ਬਾਰੇ ਜਾ ਅੱਛਾ 600 ਰੁਪਿਆ ਠੱਗ ਕੇ ਲੈ ਆਇਆ ਕਹਿੰਦਾ ਜੀ ਮੈਂ ਮਦਰਸੇ ਵਾਸਤੇ ਖੜਾ ਹੈ ਮੈਂ ਤੈਨੂੰ ਸ਼ਰਮ ਹੀ ਆ ਕੋਈ ਨਹੀਂ ਆਈ ਅੱਛਾ ਹੈ ਤੂੰ ਇਹ ਵੀ ਨਹੀਂ ਸੋਚਿਆ ਕਿ ਬੱਚੇ ਨੂੰ ਮੈਂ ਠੱਗ ਕੇ ਲਿਆ ਕੇ ਜਾ ਰਿਹਾ ਪਾਸੇ ਇਹਨੂੰ ਕੁੱਟ ਪਏਗੀ ਟਿਕਾ ਕੇ ਉਹਨੇ ਫਟਾਫਟ ਜੇਬ ਚ ਹੱਥ ਪਾਇਆ ਤੇ ਕਹਿੰਦਾ ਭਾਜੀ ਆ ਲੋ ਆਪਣੇ 600 ਰੁਪਏ ਉਹ ਜਾਨ ਛਡਾਇਆ ਤੇ ਮੈਂ ਜਾਨ ਕੋਈ ਨਾ ਛਡਾ ਰਹੀ ਅੱਛਾ ਮੈਂ ਕਿੱਦਾਂ ਨੂੰ ਚੱਲਾਂ ਮੈਂ ਤੇ ਥਾਣੇ ਤੇ ਪੋੜ ਕਰਾ ਕੇ ਆ ਰਿਹਾ ਮੇਰਾ ਗੱਲਾ ਸਾਫ ਕਰਕੇ ਲੈ ਜਾਣਾ ਅੱਛਾ ਹੈ ਉਹ ਹੋਰ ਥਰੈਡ ਹੋ ਗਿਆ ਅੱਛਾ ਹੈ ਉਹ ਮਾਫੀਆਂ ਤਰਲੇ ਮੰਗਲ ਬਾ ਮੈਂ ਇੱਥੇ ਮੱਛੀ ਵਾਲੀ ਦੁਕਾਨ ਤੋਂ ਖੜਕਣਾ ਫੜਿਆ ਅੱਛਾ ਮੈਂ ਤੇਰੇ ਪੁੱਤਰਾ ਚਾਨੇ ਵਾਲੇ ਨੇ ਅੱਛਾ ਹੈ ਉਹ ਮਾਫੀਆਂ ਮੁਫੀਆਂ ਮੰਗੀਆਂ ਤੇ ਮੈਂ ਉਹਨੂੰ ਇੱਕ ਗੱਲ ਤੇ ਮਾਫੀ ਦਿੱਤੀ ਮੈਂ ਦੁਬਾਰਾ ਨੈਣੇ ਕੋਟ ਵੜਿਆ ਹਾਂ ਤੇਰਾ ਇੱਥੇ ਮਦਰਸਾ ਬਣਾ ਦੇਗਾ ਅੱਛਾ ਅੱਲਾ ਦਾ ਸ਼ੁਕਰ ਹੈ ਉਸ ਤੋਂ ਬਾਅਦ ਉੱਥੇ ਨਜ਼ਰ ਨਹੀਂ ਆਇਆ। ਠੀਕ ਹੈ ਇੰਨੀ ਗੱਲ ਆ ਤੇ ਅੱਗੇ ਤੋਂ ਬਚ ਕੇ ਭਾਜੀ ਫਰਾਡੀਏ ਕੋਲੋਂ ਆਹੋ ਗੱਲਬਾਤ ਸੁਣਾ ਕੇ ਲੁੱਟ ਕੇ ਲੈ ਜਾਂਦੇ ਨੇ ਵੱਡਿਆਂ ਵੱਡਿਆਂ ਨੂੰ ਸਵਾਬ ਤੇ ਅੱਲਾ ਦੀ ਜ਼ਾਤ ਨੇ ਪਹਚਾਣਾ ਹੁੰਦਾ ਇਹ ਗੱਲਾਂ ਬਾਤਾਂ ਨਾਲ ਸਿਰਫ ਲੁੱਟਦੇ ਹੀ ਨੇ ਯਾਨੀ ਕਿ ਦੀਨ ਦੇ ਨਾਂ ਤੇ ਲੁੱਟ ਕੇ ਲੈ ਜਾਂਦੇ ਨੇ ਲੁੱਟ ਕੇ ਲੈ ਜਾਂਦੇ ਨੇ ਬਿਲਕੁਲ ਬਿਲਕੁਲ ਹੋਰ ਵੀ ਮਤਲਬ ਨੈਣੇ ਕੋਟੇ ਉਹਨਾਂ ਲੁੱਟ ਪੱਤ ਕੀਤੀ ਇੱਕ ਦੋ ਇਸਮਾਇਲ ਦਾ ਮੁੰਡਾ ਜੀ ਆ ਬੜਾ ਹੁਸ਼ਿਆਰ ਚਲਾ ਗਿਆ ਇਹਨੂੰ ਵੀ ਚੂਨਾ 200 ਰੁਪਏ ਦਾ ਲਾ ਜਾਂਦਾ ਜੀ ਅੱਧਰ ਵੀ ਕੈਮਰਾ ਮਾਰੇ ਜੀ ਹਾਂਜੀ ਪਹਿਲਾ ਸ਼ਿਕਾਰ ਆਹੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਲੁੱਟਿਆ ਗਿਆ ਜੀ ਉਹਦੇ ਕੋਲ ਇਹ ਵੀ ਲੁੱਟਿਆ ਗਿਆ ਜੀ ਮਤਲਬ ਕਿ ਇੰਨੇ ਗਜਾਇਆ ਉਹਨੂੰ ਇੰਨੀ ਗਜਾਇਆ ਜੀ ਅੱਜ ਤੇ ਆ ਜਿਹੜੇ ਨਾਲ ਬੈਠੇ ਨੇ ਗੰਜਾ ਸਾਹਿਬ ਓਹ ਬਚ ਗਏ ਨੇ ਅੱਲਾ ਦੀ ਰਹਿਮਤ ਇਹਨਾਂ ਨੇ ਜੀ ਅੱਛਾ ਆਹੋ ਗੰਜੇ ਵਾਸਤੇ ਵੇਲੇ ਨੇ ਅੱਲਾ ਖਿਆਰ ਕੇ ਨੇ ਆਹੋ ਇਹਨਾਂ ਖਜ਼ਾਨਾ ਕੋਈ ਨਾ ਖਾਲੀ ਹੈ ਇਹ ਕਰੋੜਪਤੀ ਪਰੇ ਬੈਠੇ ਨੇ ਸਾਰੀ ਮੰਡੀ ਲੁੱਟ ਕੇ ਖਾ ਰਹੀਆਂ ਨੇ ਅੱਛਾ ਜੀ ਆਹੋ ਕਾਲ ਰਹਿ ਹਲੇ ਵੀ ਨਹੀਂ ਮੁੱਕਿਆ ਅੱਜ ਕਾਲ ਨਹੀਂ ਮੁੱਕਿਆ ਠੀਕ ਹੈ ਭਾਈ ਜੀ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ।